ਬੱਲੇ 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 ਬਾਈ ਵੇਲ ਚੈੱਕ ਕਰੋ ਕਿੱਡੀ ਲੰਬੀ ਆ ਤੇ ਅਸਲੀ ਆ ਤੇ ਹੱਡੀਆਂ ਤੁਸੀਂ ਚੈੱਕ ਕਰੋ ਵੇਖਣ 'ਚ ਪੱਥਰ ਦੀਆਂ ਲੱਗਦੀਆਂ ਕਾਂ ਵਗੈਰਾ ਸਾਰੇ ਪੰਛੀ ਓਕੇ ਬਈ ਆ ਟੋਟਲ ਦਾ ਆਪਣਾ ਉੱਪਰਲਾ ਜਿਹੜੀ ਪਰਤ ਦੀ ਕਿੰਨੀ ਹਾਰਡ ਲੱਗਦੀ ਹੈ ਵੇਖਣ 'ਚ ਤੇ ਹੁਣ ਬਿਲਕੁਲ ਪਤਲੀ ਜਿਹੀ ਲੱਗਦੀ ਆ ਹੁਣ ਐਂ ਲੱਗਦਾ ਵੀ ਬਹੁਤ ਪਤਲੀ ਕਮਜ਼ੋਰ ਹੋ ਗਈ ਪਰ ਵੇਖੋ ਜਦੋਂ ਆ ਜਿਉਂਦਾ ਹੋਊਗਾ ਤਾਂ ਕਿੰਨੀ ਮਜ਼ਬੂਤ ਹੋਊਗੀ ਬਈ ਆ ਮਿਊਜ਼ੀਅਮ ਬਹੁਤ ਸੋਹਣਾ ਬਣਿਆ ਈਗਲ ਸਭ ਕੁਝ ਅਸਲੀ ਈਗਲ ਹੈਗੀ ਆ ਵੇਖੋ ਕਾਫੀ ਤਗੜੀ ਇੱਕ ਕੁੱਤੇ ਦੇ ਬਰਾਬਰ ਹੈਗੀ ਜੋ ਡੋਗ ਆ ਨਾ ਚੈੱਕ ਕਰੋ ਕਿੱਡੀ ਲੰਬੀ ਆ ਤੇ ਅਸਲੀ ਆ ਤੇ ਹੱਡੀਆਂ ਤੁਸੀਂ ਚੈੱਕ ਕਰੋ ਵੇਖਣ 'ਚ ਪੱਥਰ ਦੀਆਂ ਲੱਗਦੀਆਂ ਵਾ ਤੇ ਇਹ ਮਿਊਜ਼ੀਅਮ ਵਿੱਚ ਲੱਗੀ ਹੈ ਪਤਾ ਨਹੀਂ ਸੰਨ ਕਿਹੜੇ 1900 ਕਿੰਨੇ 'ਚ ਮਿਲੀ ਹੈ ਤੁਹਾਨੂੰ ਇਹਦਾ ਮੂੰਹ ਦੇਖੋ ਕਿਹੜਾ ਤਗੜਾ ਅਤੇ ਇਹਦੀ ਹਿਸਟਰੀ ਇੱਥੇ ਲਿਖੀ ਹੋਈ ਆ ਇਹ ਹੈਗੀ ਵੇਲ ਕਦੋਂ ਫਾਊਂਡ ਹੋਈ 1865 ਦੇ ਵਿੱਚ ਬੱਲੇ 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 ਬਹੁਤ ਵੱਡੀ ਹੈਗੀ ਆ ਆਹ ਹੈਗਾ ਲਾਸਟ ਵਨ ਆਹ ਤਾਂ ਬਹੁਤ ਪੁਰਾਣੀ ਹੈਗੇ ਆ ਮੈਨੂੰ ਲੱਗਦਾ 13-13 ਸੈਂਚਰੀ ਦੇ ਹੋਣੇ ਆ ਅਤੇ ਇੱਧਰਲੇ ਬੰਨੇ ਆਪਾਂ ਦੇਖੀਏ ਤਾਂ ਇੱਧਰਲੇ ਬੰਨੇ ਆਪਣਾ ਆ ਜਾਂਦਾ ਵਾ ਕਲੇ ਦਾ ਬਣਿਆ ਹੋਇਆ ਕੁਛ ਇਹ ਵੀ ਕਾਫੀ ਪੁਰਾਣਾ ਵਾ ਅਤੇ ਇੱਧਰ ਵੇਖਦੇ ਹਾਂ ਬਈ ਆਹ ਕੀ ਛਾ ਵਾ ਓਕੇ ਇਹਦੀ ਹਿਸਟਰੀ ਵਗੈਰਾ ਕਿੱਥੇ ਲੱਗੀ ਹੈ ਡਾਇਗ੍ਰਾਮ ਟੂ ਸ਼ੋ ਦਾ ਰਿਲੇਸ਼ਨ ਆਫ ਦੀ ਕੋਫਿਨਸ ਐਂਡ ਮੰਮੀ ਬੋਟ ਓਫ ਓਕੇ ਆ ਡਾਇਗ੍ਰਾਮ ਨੇ ਸ਼ੋ ਕੀਤਾ ਵਾ ਸਾਰਾ ਬਈ ਆਹ ਦੂਜਾ ਜੂ ਮਿਊਜ਼ੀਅਮ ਆ ਜਾਂਦਾ ਅਤੇ ਇਹਦਾ ਪੂਰਾ ਇਹਨਾਂ ਨੇ ਬਣਾਇਆ ਹੋਇਆ ਵਾ ਮੈਨੂੰ ਲੱਗਦਾ ਅਸਲੀ ਲੱਗਦਾ ਵੇਖਣ 'ਚ ਐਵੀਡੈਂਸ ਆ ਰੇ ਹਾਂ ਜਿਹੜਾ ਵੀ ਹੈਗਾ ਅਸਲੀ ਹੈਗਾ ਵਾ ਅਤੇ ਵੈਸੇ ਵੇਖਣ 'ਚ ਪੱਥਰ ਲੱਗਦਾ ਪਰ ਹੈ ਅਸਲੀ ਅਸਲੀ ਆ ਅਸਲੀ ਆ ਉਹ ਲਿਖਿਆ ਯਾਰ ਉੱਥੇ ਅਸਲੀ ਆ ਆਪਣੀ ਆਹ ਜਿਹੜੀ ਨਾ ਵੇਲ ਹੈਗੀ ਆ ਪਹਿਲਾਂ ਸੋਚੋ ਵੇਖਣ 'ਚ ਲੱਗਦਾ ਡਾਇਨਾਸੋਰ ਆ ਚੈੱਕ ਕਰੋ ਕਿੱਡੀ ਲੰਬੀ ਆ ਅਤੇ ਅਸਲੀ ਆ ਅਤੇ ਹੱਡੀਆਂ ਤੁਸੀਂ ਚੈੱਕ ਕਰੋ ਵੇਖਣ 'ਚ ਪੱਥਰ ਦੀਆਂ ਲੱਗਦੀਆਂ ਵਾ ਅਤੇ ਇਹ ਮਿਊਜ਼ੀਅਮ ਵਿੱਚ ਲੱਗੀ ਹੈ ਪਤਾ ਨਹੀਂ ਸੰਨ ਕਿਹੜੇ 1900 ਕਿੰਨੇ 'ਚ ਮਿਲੀ ਹੈ ਤੁਹਾਨੂੰ ਇਹਦਾ ਮੂੰਹ ਦੇਖੋ ਕਿਹੜਾ ਤਗੜਾ ਅਤੇ ਇਹਦੀ ਹਿਸਟਰੀ ਇੱਥੇ ਲਿਖੀ ਹੋਈ ਆ ਇਹ ਹੈਗੀ ਵੇਲ ਕਦੋਂ ਫਾਊਂਡ ਹੋਈ 1865 ਦੇ ਵਿੱਚ ਬੱਲੇ 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 ਬਹੁਤ ਵੱਡੀ ਹੈਗੀ ਆ ਵੇਲ ਨੂੰ ਬਚਾਉਣ ਵਾਸਤੇ ਇਹਨਾਂ ਨੇ ਵੇਖੋ ਕੀ ਕੀਤਾ ਵਾ ਇੱਥੇ ਕਿੱਲ ਵਗੈਰਾ ਲਾਏ ਆ ਕਿ ਤਾਂ ਡਿੱਗੇ ਨਾ ਅਤੇ ਕੁਛ ਕਰੈਕ ਵੀ ਆਏ ਆ ਅਤੇ ਮਤਲਬ 200 ਸਾਲ ਲਾਗੇ ਹੋ ਗਿਆ ਇਹਨੂੰ 200 ਸਾਲ ਤੋਂ ਵੀ ਉੱਪਰ ਹੋ ਗਿਆ ਅਤੇ 250 ਸਾਲ ਦੇ ਲਗਭਗ ਹੋ ਗਏ ਇਹਨੂੰ ਵੇਖ ਲਓ ਬਈ ਆ ਮਿਊਜ਼ੀਅਮ ਬਹੁਤ ਸੋਹਣਾ ਬਣਿਆ ਈਗਲ ਸਭ ਕੁਝ ਅਸਲੀ ਈਗਲ ਹੈਗੀ ਆ ਵੇਖੋ ਕਾਫੀ ਤਗੜੀ ਇੱਕ ਕੁੱਤੇ ਦੇ ਬਰਾਬਰ ਹੈਗੀ ਜੋ ਡੋਗ ਆ ਨਾ ਆਹ ਮੈਨੂੰ ਲੱਗਦਾ ਆਸਟ੍ਰਿਚ ਆ ਮੇ ਬੀ ਪਰ ਛੋਟਾ ਹੋ ਸਕਦਾ ਇਹ ਹੋਰ ਕੁਛ ਆ ਜਿਹਦਾ ਨਾਮ ਮੈਨੂੰ ਨਹੀਂ ਪਤਾ ਹੁਣ ਇੱਧਰਲੇ ਬੰਨੇ ਦੇਖੀਏ ਛੋਟੇ ਛੋਟੇ ਜੋ ਕਿ ਅਸੀਂ ਦੇਖੇ ਵੀ ਨਹੀਂ ਹੋਣੇ ਜਿਹਨਾਂ ਨੂੰ ਨਾਮ ਨਿਸ਼ਾਨ ਨਹੀਂ ਰਿਹਾ ਹੋਣਾ ਆਹ ਪੂਰਾ ਪਤਾ ਲੱਗਦਾ ਕਰੀਬ ਕਾਂ ਵਗੈਰਾ ਸਾਰੇ ਪੰਛੀ ਓਕੇ ਨਾਈਸ ਕ੍ਰੋਕੋਡਾਈਲ ਹੈਨ ਲਓ ਜੀ ਸੱਪ ਆ ਗਏ ਅਗਲੇ ਬੰਨੇ ਕਿੱਦਾਂ ਰੱਖੇ ਪਾਣੀ ਦੇ ਵਿੱਚ ਤਾਂ ਹੀ ਖਰਾਬ ਨਾ ਹੋਵੇ ਵੇਖੋ ਇੱਧਰਲੇ ਬੰਨੇ ਟਰਟਲ ਫਿਰ ਅਗਲੇ ਬੰਨੇ ਛਿਪਕਲੀਆਂ ਵਗੈਰਾ ਆ ਗਈਆਂ ਵਾਓ ਇਸ ਤਰਫ ਹੈਗਾ ਆਪਣਾ ਇਹ ਕੀ ਸ਼ਾਇਆ
ਡੱਡੂ, ਛਿਪਕਲੀਆਂ, ਆਹ ਟਰਟਲ ਸਭ ਨਾਲੋਂ ਵੱਡਾ। ਬਈਆ ਟੋਟਲ ਦਾ ਆਪਣਾ ਉੱਪਰਲਾ ਜਿਹੜੀ ਪਰਤ ਦੀ ਕਿੰਨੀ ਹਾਰਡ ਲੱਗਦੀ ਹੈ ਵੇਖਣ 'ਚ, ਅਤੇ ਹੁਣ ਬਿਲਕੁਲ ਪਤਲੀ ਜਿਹੀ ਲੱਗਣ ਦੀ ਆ। ਹੁਣ ਐਂ ਲੱਗਦਾ ਵੀ ਬਹੁਤ ਪਤਲੀ ਕਮਜ਼ੋਰ ਹੋ ਗਈ, ਪਰ ਵੇਖੋ ਜਦੋਂ ਆ ਜਿਉਂਦਾ ਹੋਊਗਾ ਤਾਂ ਕਿੰਨੀ ਮਜ਼ਬੂਤ ਹੋਊਗੀ ਇਹਦੀ। ਇਹਦੀਆਂ ਹੱਡੀਆਂ ਚੈੱਕ ਕਰੋ, ਕਰੈਕ ਆਈ ਵਿੱਚ, ਇਹ ਵੀ ਕਾਫੀ ਪੁਰਾਣਾ ਲੱਗਦਾ ਮੈਨੂੰ। ਲਿਖਿਆ ਨਹੀਂ ਇਸ ਬਾਰੇ ਕੁਛ। ਲਓ ਜੀ ਹੁਣ ਅਸੀਂ ਆ ਗਏ ਹਾਂ, 6-6 ਪਾਉਂਡ ਖਰਚ ਕੇ ਸਾਰੇ।